ਹਾਂਜੀ ਸਰ, ਜਿਹੜਾ ਅੰਡਰ ਪਾਸ ਮੋਲੀ ਪਿੰਡ ਦੇ ਵਿੱਚ ਲੈ ਕੇ ਕੀ ਕਹਿਣਾ ਚਾਹੁੰਦੇ? ਹਾਂਜੀ, ਇਹ ਜਿਹੜਾ ਅੰਡਰ ਪਾਸ ਅੱਜ ਜਿਹਦਾ ਉਦਘਾਟਨ ਹੋਇਆ ਸ਼੍ਰੀ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਪਵਾੜੇ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਕੀਤਾ। ਇਹ ਜਿਹੜੀ ਮੰਗ ਹੈ ਸਾਡੇ ਪਿੰਡ ਦੀ, ਤਕਰੀਬਨ 20 ਸਾਲਾਂ ਤੋਂ ਜਦੋਂ ਦਾ ਇਹ ਨਗਰ BJP ਨੂੰ ਇੱਥੋਂ ਜਿਤਾਰਿਆ, ਇਲਾਕਾ BJP ਨੂੰ ਇੱਥੋਂ ਦੇ ਜਿਤਾਰਿਆ, ਉਦੋਂ ਦੀ ਜਿਹੜੀ ਇੱਕੋ ਇੱਕ ਮੰਗ ਸਾਡੀ ਮੁੱਖ ਮੰਗ ਸੀ ਉਹ ਇਸ ਫਾਟਕ ਦੀ ਕਰੋਸਿੰਗ ਨੂੰ ਲੈ ਕੇ ਸੀ, ਜਿੱਥੇ ਸਾਡੇ NRI ਵੀਰ ਸਾਡੇ 'ਤੇ ਪ੍ਰਭਾਵ ਪਾਉਂਦੇ ਸਨ ਕਿ ਤੁਸੀਂ ਕੇਂਦਰ ਦੇ ਵਿੱਚ ਸੰਬੰਧਿਤ ਪਾਰਟੀ ਜਿਹੜੀ ਉਹ ਸਥਾਪਿਤ ਹੈ ਤਾਂ ਉਹਦੇ ਕੋਲੋਂ ਇਹ ਕੰਮ ਜ਼ਰੂਰ ਲਵੋ। ਸੋ ਅੱਜ ਉਹ ਸਮਾਂ ਆਇਆ, ਇਹ ਫਾਟਕ ਜਿਹੜਾ ਬਣ ਕੇ ਤਕਰੀਬਨ 4 ਮਹੀਨਿਆਂ ਦੇ ਵਿੱਚ ਸੰਗਤ ਦੀ ਸਹੂਲਤ ਵਾਸਤੇ ਤਿਆਰ ਹੋ ਜਾਏਗਾ। ਅਸੀਂ ਅਖੀਰ ਸਾਰੇ ਹੀ ਉਹਨਾਂ ਸੱਜਣਾਂ ਦਾ ਜਿਨ੍ਹਾਂ ਨੇ ਇਸ ਫਾਟਕ ਬਣਨ ਦੇ ਵਿੱਚ ਆਪਣਾ ਕੀਮਤੀ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਵਿਸ਼ੇਸ਼ ਤੌਰ 'ਤੇ ਅਸੀਂ ਧੰਨਵਾਦ ਕੇਂਦਰ ਦੇ ਵਜ਼ੀਰ ਸ਼੍ਰੀ ਸੋਮ ਪ੍ਰਕਾਸ਼ ਜੀ ਦਾ ਕਰਦੇ ਹਾਂ। ਸਰ, ਟੋਟਲ ਅਮਾਊਂਟ ਕਿੰਨੀ ਕੁ ਲੱਗ ਜੂਗੀ ਇਸ? ਇਹ ਤਕਰੀਬਨ ਜੋ ਉਹਨਾਂ ਦੇ ਦੱਸਣ ਦੇ ਮੁਤਾਬਕ 4.25 ਕਰੋੜ ਦਾ ਪ੍ਰੋਜੈਕਟ ਹੈ ਔਰ ਇਹ ਸਾਰਾ ਹੀ ਸੈਂਟਰ ਵੱਲੋਂ ਜਿਹੜਾ ਦਿੱਤਾ ਗਿਆ ਜੀ।